पंजाब दे नौजवानां दे नाल एक बार फिर तो होया धक्का। पंजाब दे नौजवानां दे हिस्से दीआं नौकरियां मिलियां बाहर दे सूबिआं नूं। इस खबर नूं कर दो शेयर ताकि नौजवान हो जाण सतर्क। ससिकाल मैं हां शिखा ते तुसी देख रहे हो द टीवी एन आई। खबर लेके हाजिर हाँ जिथे पंजाब सरकार दे वल्लों वड्डे वादे किए गए, उन्हां दे विच्चों एक वादा नौकरियां दा वी कीता गया और कहा गया सी कि 25,000 नौकरियां जिहड़ियां ने ओह पंजाब वासियां नूं दित्तियां जाणगियां। 25,000 नौकरियां दा ऐलान कीता सी ते हुण जिथे कि पहला सत्ता दे विच आउण तों पहला आम आदमी पार्टी ने कहा सी कि पंजाब दे नौजवानों पहल के आधार पर नौकरियां दित्तियां जाणगियां, जिथे दूसरियां सरकारां दे वल्लों नौकरियां जिहड़ियां बाहर दे सूबे दे नौजवानों लोगों दित्तियां जांदियां सी, पर जब आम आदमी पार्टी की सरकार आएगी तो पहल के आधार पर पंजाब दे नौजवानों जिहड़ी पहल दित्ती जाएगी। पर तुहानूं जिहड़ी खबर हुण दसण जा रहे हैं एक बार तुसीं सुण के जरूर हैरान होवोंगे। जिथे सरकार दे वल्लों 25,000 नौकरियां दा ऐलान कीता गया सी, 25,000 नौकरियां जिहड़ियां ने ਉਹ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਪਰ ਹੁਣ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਫੇਰ ਬਦਲ ਹੁੰਦਾ ਹੋਇਆ ਨਜ਼ਰ ਆ ਰਿਹਾ। ਜਿੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਬਿਜਲੀ ਨਿਗਮ ਦੇ ਵੱਲੋਂ ਜਿਹੜੀਆਂ ਨੌਕਰੀਆਂ ਕੱਟੀਆਂ ਗਈਆਂ ਸੀ, ਪਰ ਉਹ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਦੇ ਹੱਥੀ ਨਹੀਂ ਲੱਗੀਆਂ ਨੇ। ਤੇ ਤੁਹਾਨੂੰ ਦੱਸ ਦਿੰਦੇ ਆ ਜਿੱਥੇ ਕਿ 40% ਨੌਕਰੀਆਂ ਜੋ ਨੇ ਉਹ ਬਾਹਰਲੇ ਸੂਬੇ ਦੇ ਨੌਜਵਾਨਾਂ ਨੂੰ ਮਿਲੀਆਂ ਨੇ, ਜਾਣੀ ਕਿ ਹਿਮਾਚਲ ਰਾਜਸਥਾਨ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਹਿੱਸੇ ਆਈਆਂ ਨੇ ਨੌਕਰੀਆਂ, ਜਿੱਥੇ ਪੰਜਾਬ ਦੇ ਨੌਜਵਾਨ ਨੇ ਉਮੀਦ ਲਗਾ ਕੇ ਬੈਠੇ ਸੀ ਕਿ ਉਹਨਾਂ ਨੂੰ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਵੇਗੀ ਤਾਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਜਿਹੜੇ ਨੌਜਵਾਨ ਬੇਰੁਜ਼ਗਾਰ ਬੈਠੇ ਨੇ, ਜਿਹੜੇ ਨੌਜਵਾਨ ਘਰਾਂ ਦੇ ਵਿੱਚ ਬੈਠੇ ਹੋਏ ਨੇ, ਨਾ ਪੜ੍ਹ ਲਿਖ ਕੇ ਵੀ ਉਹਨਾਂ ਦੇ ਹੱਥ ਨੌਕਰੀ ਨਹੀਂ ਆ, ਤਾਂ ਉਹਨਾਂ ਦੇ ਲਈ ਆਮ ਆਦਮੀ ਪਾਰਟੀ ਜ਼ਰੂਰ ਸੋਚੇਗੀ। ਇਹ ਨੌਜਵਾਨ ਉਮੀਦ ਲਗਾ ਕੇ ਬੈਠੇ ਸੀ ਕਿਉਂਕਿ ਦੂਸਰੀਆਂ ਸਰਕਾਰਾਂ ਨੇ ਜੇ ਨੌਕਰੀਆਂ ਦਾ ਐਲਾਨ ਕੀਤਾ ਤਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਜਿਹੜਾ ਵਾ ਰੁਜ਼ਗਾਰ ਨਹੀਂ ਮਿਲਿਆ। ਘਰ ਘਰ ਰੁਜ਼ਗਾਰ ਦੀ ਗੱਲ ਤਾਂ ਹੋਈ ਪਰ ਰੁਜ਼ਗਾਰ ਨੌਜਵਾਨਾਂ ਨੂੰ ਨਹੀਂ ਮਿਲਿਆ। ਉਹ ਪੜ੍ਹ ਲਿਖ ਕੇ ਘਰ ਦੇ ਵਿੱਚ ਵਿਹਲੇ ਹੀ ਬੈਠੇ ਅਤੇ ਆਮ ਆਦਮੀ ਪਾਰਟੀ 'ਤੇ ਯਕੀਨ ਉਹਨਾਂ ਨੇ ਜਿਤਾਇਆ ਸੀ। ਪਰ ਹੁਣ ਜਿੱਥੇ ਕਿ ਬਿਜਲੀ ਨਿਗਮ ਦੇ ਵਿੱਚ ਨੌਕਰੀਆਂ ਤਾਂ ਨਿਕਲੀਆਂ ਪਰ 40% ਨੌਕਰੀਆਂ ਜਿਹੜੀਆਂ ਨੇ ਉਹ ਬਾਹਰਲੇ ਸੂਬੇ ਦੇ ਵਿੱਚ ਨੌਜਵਾਨਾਂ ਨੂੰ ਦਿੱਤੀਆਂ ਗਈਆਂ, ਅਤੇ ਗੱਲ ਕਰੀਏ ਹਿਮਾਚਲ ਦੀ ਅਤੇ ਤਾਂ ਉਸਦੇ ਵਿੱਚ ਨੌਕਰੀਆਂ ਜਿਹੜੀਆਂ ਰਾਖਵੀਆਂ ਵੀ ਰੱਖੀਆਂ ਗਈਆਂ ਕਿ ਜਾਣੀ ਕਿ ਉਹਨਾਂ ਦੇ ਨੌਜਵਾਨਾਂ ਨੂੰ ਉਹਨਾਂ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਪਹਿਲ ਦੇ ਆਧਾਰ 'ਤੇ। ਤਾਂ ਹੁਣ ਪੰਜਾਬੀਆਂ ਦੇ ਹੱਥ ਕੀ ਲੱਗਾ? ਹਾਲਾਂਕਿ ਇਹ ਸਵਾਲ ਖੜ੍ਹਾ ਹੋ ਚੁੱਕਾ ਜਿੱਥੇ ਆਮ ਆਦਮੀ ਪਾਰਟੀ ਵਾਅਦੇ ਤਾਂ ਕਰਦੀ ਸੀ ਕਿ ਪਹਿਲ ਦੇ ਆਧਾਰ 'ਤੇ ਪੰਜਾਬ ਦੇ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਪੰਜਾਬ ਦੇ ਨੌਜਵਾਨ ਜਿਹੜੇ ਬੇਰੁਜ਼ਗਾਰ ਘੁੰਮਦੇ ਨੇ, ਉਹ ਜਿਹੜੇ ਜਿਨ੍ਹਾਂ ਦੇ ਕੋਲ ਰੁਜ਼ਗਾਰ ਨਹੀਂ ਆ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਪਰ ਹੁਣ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ। ਹਾਲਾਂਕਿ 40% ਨੌਕਰੀਆਂ ਬਾਹਰਲੇ ਸੂਬਿਆਂ ਨੂੰ ਦਿੱਤੀਆਂ ਗਈਆਂ ਨੇ। ਅਤੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਸੀ ਕਿ ਜੇਕਰ ਕਿਸੇ ਵਿਅਕਤੀ ਨੇ ਸਰਕਾਰੀ ਨੌਕਰੀ ਲੈਣੀ ਆ ਤਾਂ ਪਹਿਲਾਂ ਉਸਨੂੰ ਜਿਹੜੀ ਆ ਪੰਜਾਬੀ ਆਉਣੀ ਚਾਹੀਦੀ ਆ, ਪੰਜਾਬੀ ਦੇ ਵਿੱਚ ਜੋ ਸਪਸ਼ਟ ਹੋਣਾ ਚਾਹੀਦਾ ਪੰਜਾਬੀ ਉਸਨੂੰ ਪਹਿਲ ਦੇ ਆਧਾਰ 'ਤੇ ਆਉਣੀ ਚਾਹੀਦੀ ਹੈ। ਅਤੇ ਦੂਸਰੇ ਪਾਸੇ ਇਹ ਵੀ ਐਲਾਨ ਕੀਤਾ ਸੀ ਕਿ 10ਵੀਂ ਜਮਾਤ ਤੱਕ ਉਸਨੂੰ ਜਿਹੜੀ ਆ ਉਸਨੇ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ, ਤਾਂ ਇਹ ਐਲਾਨ ਹੋਇਆ ਸੀ। ਪਰ ਜਦੋਂ ਇਹ ਨੌਕਰੀਆਂ ਨਿਕਲਦੀਆਂ ਨੇ ਤਾਂ ਉਸ ਤੋਂ ਬਾਅਦ ਜਦੋਂ ਪੇਪਰ ਹੁੰਦਾ ਹੈ ਤਾਂ ਉਸਦੇ ਵਿੱਚ ਪੰਜਾਬੀ ਦਾ ਇੱਕ ਵੀ ਪ੍ਰਸ਼ਨ ਨਹੀਂ ਆਉਂਦਾ। ਅਤੇ ਕਿਵੇਂ ਸਰਕਾਰ ਨੂੰ ਪਤਾ ਲੱਗੇਗਾ ਕਿ ਇਸਨੂੰ ਪੰਜਾਬੀ ਆਉਂਦੀ ਹੈ ਕਿ ਨਹੀਂ ਆਉਂਦੀ ਹੈ? ਅਤੇ ਇਸ ਲੋਕਾਂ ਨੂੰ ਜਿਹੜਾ ਵਾ ਉਹ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ, ਤਾਂ ਪੰਜਾਬ ਦੇ ਨੌਜਵਾਨ ਦੇ ਹੱਥ ਕੁਝ ਨਹੀਂ ਲੱਗਿਆ ਇਸ ਵਾਰ ਵੀ। ਜਿੱਥੇ ਆਮ ਆਦਮੀ ਪਾਰਟੀ 'ਤੇ ਯਕੀਨ ਤਾਂ ਕੀਤਾ ਪਰ ਜੋ ਹੈ ਉਹਨਾਂ ਦੇ ਹੱਥ ਕੁਝ ਨਹੀਂ ਲੱਗਾ, ਤਾਂ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ। ਤਾਂ ਹੁਣ ਜਿੱਥੇ ਨੌਜਵਾਨ ਉਮੀਦ ਲਗਾ ਕੇ ਬੈਠੇ ਸੀ ਕਿ ਉਹਨਾਂ ਦੇ ਹੱਥ ਜਿਹੜੀਆਂ ਨੌਕਰੀਆਂ ਆਉਣਗੀਆਂ, ਪਰ ਉਹਨਾਂ ਦੇ ਹੱਥ ਇਸ ਵਾਰ ਵੀ ਕੁਝ ਨਹੀਂ ਲੱਗਾ। ਜਿਵੇਂ ਪਹਿਲੀਆਂ ਸਰਕਾਰਾਂ ਨੇ ਵਾਅਦੇ ਤਾਂ ਜ਼ਰੂਰ ਕੀਤੇ, ਘਰ ਘਰ ਰੁਜ਼ਗਾਰ ਦਾ ਐਲਾਨ ਤਾਂ ਹੋਇਆ ਪਰ ਰੁਜ਼ਗਾਰ ਘਰ ਘਰ ਨਹੀਂ ਮਿਲਿਆ। ਉਦੋਂ ਵੀ ਨੌਜਵਾਨ ਲਗਾਤਾਰ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਦੇ ਸੀ, ਪਰ ਇਸ ਵਾਰ ਜਦੋਂ ਆਮ ਆਦਮੀ ਪਾਰਟੀ ਆਈ ਲੋਕਾਂ ਨੂੰ ਉਮੀਦ, ਨੌਜਵਾਨਾਂ ਨੇ ਇੱਕ ਉਮੀਦ ਜਗਾਈ ਸੀ ਕਿ ਉਹਨਾਂ ਨੂੰ ਨੌਕਰੀਆਂ ਇਸ ਵਾਰ ਜ਼ਰੂਰ ਮਿਲਣਗੀਆਂ, ਪਰ ਇਸ ਵਾਰ ਵੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਧੋਖਾ ਹੁੰਦਾ ਹੋਇਆ ਨਜ਼ਰ ਆ ਰਿਹਾ।
जिथे कि 40% नौकरियां जिहड़ियां ने बाहरले सूबे के नौजवानों दित्तियां गईयां ने, पंजाब के नौजवान फिर तो बेरोजगार ही बैठे ने। तो फिर एक पासे सरकारां कहिंदियां ने कि नौजवान बाहर जाते हैं, विदेशों जाते हैं, तो पंजाब दे विच रह के उन्हां नूं अपना भविख उज्जवल करना चाहिए। पर वड्डा सवाल हुण सरकार ते खड़ा हुंदा है कि जब पंजाब दे नौजवानों नूं नौकरियां ही नहीं मिलणगियां तां उह की करनगे पंजाब दे विच रह के। नौजवान भी यह जो है एक कहिंदे हुए नज़र आ रहे हैं। तो हुण जिथे नौकरियां तां निकलियां पर बाहरले सूबियां नूं दित्तियां गईयां, बाहरले सूबे दे नौजवानों नूं दित्तियां गईयां, पंजाब दे नौजवान एक बार फिर तो जिहड़े खाली हथ नज़र आ रहे हैं और उन्हां नूं रुजगार जिहड़ा नहीं मिलिया, तो फिर आम आदमी पार्टी सवालों के घेरे दे विच खड़ी हो गई है। जिथे नौजवानों नाल वादे तां होए पर वो वादा किते ना किते पूरा नहीं किया गया, तो नौजवान जिहड़े ने फिर तो जिहड़े एक बार निराश नज़र आ रहे हैं। अजिहियां होर खबरां लई तुसीं देख रहे हो द टीवी NRI। विश्व प्रसिद्ध गुरु विजय शास्त्री जी अध्यात्मिक विधि द्वारा हर समस्या का तत्काल समाधान, ओपरी हवा वशीकरण करवाना, जादू वाना, प्रेम व्या, मनचाह प्यार, लाइलाज बीमारी, पति पत्नी दे झगड़े, दुश्मन सोतन, नौकरी कारोबार, घरेलू कलेश दे कोर्ट कचहरी तो छुटकारा, विदेश यात्रा दे विच रुकावटां, अपने करियर दे विच सफलता प्राप्त करवा दी, घर बैठे हर समस्या का समाधान 100% गारंटेड करवाओ। हुने फोन करो ते पाओ हर समस्या का समाधान। फोन या व्हाट्सएप करो +91 981 51 561 51। अध्यात्मक ज्ञान दे माहिर गुरु विजय शास्त्री जी घर बैठे हर समस्या का समाधान 100% गारंटेड करवाओ। एक फोन कॉल बदल सकती है तुहाडी जिंदगी। हर पासों निराश एक बार जरूर कॉल करो। मनचाहा ते खोया प्यार पाओ, पति पत्नी दे विच अनबन, वशीकरण तोड़वाओ जा करवाओ, संतान सुख, नौकरी कारोबार, घरेलू कलेश कोर्ट कचहरी तो छुटकारा, विदेश यात्रा दे विच रुकावटां, अपने करियर दे विच सफलता प्राप्त करवा दी। वन कॉल कैन चेंज योर लाइफ। स्पेशलिस्ट एंड सॉल्यूशंस, get your love back, love marriage, court case, family, job money and business problems, vashikaran and all problems solution by Guru Vijay Shastri ji. Call or WhatsApp +91 981 51 561 51.